ਦਿੱਲੀ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦੇ ਵਿਰੋਧ ਵਿੱਚ ਅੱਜ ਜਲੰਧਰ ਵਿਖੇ ਨਕੋਦਰ ਨੂੰ ਜਾਣ ਵਾਲੇ ਹਾਈਵੇ ਉੱਤੇ ਰਵਿਦਾਸ ਭਾਈਚਾਰੇ ਵੱਲੋਂ ਚੱਕਾ ਜਾਮ ਕੀਤਾ ਗਿਆ। ਲਾਂਬੜਾ ਨੇੜੇ ਪ੍ਰਦਰਸ਼ਨਕਾਰੀ ਸਵੇਰ ਤੋਂ ਹੀ ਰਸਤਾ ਜਾਮ ਕਰਕੇ ਬੈਠੇ ਨੇ। ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਟਾਇਰ ਸਾੜ ਕੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਦੱਸ ਦਈਏ ਕਿ ਕੱਲ ਵੀ ਜਲੰਧਰ ਤੇ ਲੁਧਿਆਣਾ ਵਿਖੇ ਰਵਿਦਾਸ ਭਾਈਚਾਰੇ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ। ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਫੈਸਲੇ ਖਿਲਾਫ ਰਵਿਦਾਸ ਭਾਈਚਾਰੇ ਨੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਉੱਤੇ ਜਲੰਧਰ ਬਾਈਪਾਸ ਚੌਂਕ ਉੱਤੇ ਧਰਨਾ ਲਗਾ ਕੇ ਕਰੀਬ 2 ਘੰਟਿਆਂ ਤੱਕ ਆਵਾਜਾਈ ਨੂੰ ਰੋਕੀ ਰੱਖਿਆ ਸੀ। ਬਾਅਦ ਵਿੱਚ ਪੁਲਿਸ ਦੇ ਭਰੋਸੇ ਉੱਤੇ ਧਰਨਾ ਚੁੱਕਿਆ ਗਿਆ ਸੀ। ਜਲੰਧਰ ਤੋਂ ਸੁਨੀਲ ਮਹਾਜਨ, ਜਗਬਾਣੀ ਟੀਵੀ।